ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਵਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰ ਦੇ ਪੰਜਾਬੀਆਂ ਦਾ ਹੀ ਬਹੁਤ ਧੰਨਵਾਦ ਬਹੁਤ ਵੱਡੀ ਗਿਣਤੀ ਚ ਪੰਜਾਬੀ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਤੇ ਆਪਣੇ ਬੇਸ਼ਕੀਮਤੀ ਕਮੈਂਟਸ ਸਾਂਝੇ ਕਰਦੇ ਨੇ ਸੋ ਬਹੁਤ ਧੰਨਵਾਦ ਸੋ ਡੱਲਾ ਜੀ ਮੈਂ ਜ਼ਰੂਰ ਚਾਹਾਂਗੀ ਕਿ ਕਿਹੜੀਆਂ ਤਿੰਨ ਵੱਡੀਆਂ ਖਾਸ ਖਬਰਾਂ ਨੇ ਅੱਜ ਦੀਆਂ ਉਹਨਾਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਐਨਾਲਿਸਿਸ ਕਰਕੇ ਦਰਸ਼ਕਾਂ ਨਾਲ ਸਾਂਝੇ ਕਰੋ ਕਿਉਂਕਿ ਚਾਹੇ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਭਾਵੇਂ ਸਮਾਜਿਕ ਪਹਿਲੂ ਦੀ ਗੱਲ ਕਰ ਲਈਏ ਸੋ ਵੱਡੀਆਂ ਖਬਰਾਂ ਜਿਹੜੀਆਂ ਲੋਕਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਪੂਰੀ ਜਾਣਕਾਰੀ ਵੇਰਵੇ ਦੇ ਨਾਲ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਹਰਜੋਤ ਜੀ ਤਿੰਨ ਵੱਡੇ ਸਵਾਲ ਮੈਂ ਜ਼ਰੂਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਲਾਉਂਗਾ ਪਰ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਸਵਾਲ ਗੁਰਮੀਤ ਸਿੰਘ ਰਾਮ ਰਹੀਮ ਦੀਆਂ ਮੁਸ਼ਕਲਾਂ ਆਉਂਦੇ 2-3 ਦਿਨਾਂ ਦੇ ਵਿੱਚ ਵੱਧ ਸਕਦੀਆਂ ਨੇ ਕਿਉਂਕਿ ਇੱਕ ਮੰਨੇ ਪ੍ਰਮੰਨੇ ਵਕੀਲ ਨੇ ਐਡਵੋਕੇਟ ਐਚ ਸੀ ਅਰੋੜਾ ਜਿਨ੍ਹਾਂ ਨੇ ਬਹੁਤ ਸਾਰੇ ਮਾਮਲੇ ਜਨ ਹਿੱਤ ਦੇ ਵਿੱਚ ਅਦਾਲਤਾਂ ਦੇ ਵਿੱਚ ਚੱਕੇ ਨੇ ਤੇ ਜਨ ਹਿੱਤ ਪਟੀਸ਼ਨਾਂ ਤੇ ਉਹਨਾਂ ਨੇ ਇਨਸਾਫ ਵੀ ਲੋਕਾਂ ਨੂੰ ਦਿਵਾਇਆ ਹੁਣ ਜਿਹੜੀ ਤਾਜ਼ੀ ਜਾਣਕਾਰੀ ਹੈ ਕੱਲ ਦੀ ਖੂਬ ਇਹਦੇ ਤੇ ਡਿਬੇਟ ਹੋ ਰਹੀ ਹੈ ਕਿ ਐਡਵੋਕੇਟ ਐਚ ਸੀ ਅਰੋੜਾ ਹੋਣਾ ਨੇ ਹਰਿਆਣਾ ਦੀ ਸਰਕਾਰ ਨੂੰ ਇੱਕ ਨੋਟਿਸ ਸਰਵ ਕੀਤਾ ਉਸ ਤੋਂ ਪਹਿਲਾਂ ਮੈਂ ਇਸ ਸੰਦਰਭ ਚ ਦੱਸ ਦਵਾਂ ਕਿ ਗੁਰਮੀਤ ਸਿੰਘ ਰਾਮ ਰਹੀਮ ਜਦੋਂ ਦੇ ਪੈਰੋਲ ਤੇ ਆਏ ਨੇ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਪੈਰੋਲ ਦਿੱਤੀ ਹੈ 40 ਦਿਨ ਦਾ ਉਹਨਾਂ ਦਾ ਪੈਰੋਲ ਸੀ ਇਸ ਵਾਰ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਚੋਣ ਹੈ ਆਦਮਪੁਰ ਦੀ ਵੀ ਚੋਣ ਹੈ ਤੇ ਪੰਚਾਇਤੀ ਚੋਣਾਂ ਵੀ ਨੇ ਹਰਿਆਣਾ ਚ ਸੋ ਕਿਤੇ ਨਾ ਕਿਤੇ ਜਿਹੜੀ ਸਰਕਾਰ ਹੈ ਉਹ ਸਿਆਸੀ ਲਾਹਾ ਦੇਖ ਰਹੀ ਹੈ ਇਲਜ਼ਾਮ ਵਿਰੋਧੀ ਲਾਉਂਦੇ ਨੇ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਵੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਸੀ ਪਰ ਪੰਜਾਬ ਚ ਕੋਈ ਬਹੁਤਾ ਫਾਇਦਾ ਸੱਤਾਧਾਰੀ ਧਿਰਾਂ ਨੂੰ ਹੋਇਆ ਨਹੀਂ ਕਿਉਂਕਿ ਲੋਕ ਵੋਟਾਂ ਵੇਲੇ ਮੈਨੂੰ ਲੱਗਦਾ ਅੱਜਕੱਲ ਸਿਰਫ ਆਪਣੇ ਮਨ ਆਪਣੀ ਸੋਚ ਤੇ ਅੱਗੇ ਵਧਦੇ ਨੇ ਨਾ ਕਿ ਕਿਸੇ ਵੀ ਡੇਰੇ ਦੀ ਰਾਜਨੀਤਿਕ ਕਮੇਟੀ ਵੱਲੋਂ ਕਹੇ ਜਾਣ ਤੇ ਵੋਟ ਪਾਉਂਦੇ ਨੇ ਇਹ ਰੁਝਾਨ ਘਟਿਆ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਆਮ ਲੋਕ ਨੇ ਜਿਹੜੇ ਉਹ ਜਾਗਰੂਕ ਹੋ ਚੁੱਕੇ ਨੇ ਉਹਨਾਂ ਦੀ ਆਪਣੀ ਪਸੰਦ ਵੀ ਉਮੀਦਵਾਰ ਦੇ ਤੌਰ ਤੇ ਹੁੰਦੀ ਹੈ ਜੋ ਆਮ ਆਦਮੀ ਪਾਰਟੀ ਨੂੰ ਬਹੁਤ ਚੰਗੀ ਸੋਚ ਨਾਲ ਲੋਕਾਂ ਨੇ ਬਹੁਤ ਉਮੀਦਾਂ ਦੇ ਨਾਲ ਵੋਟਾਂ ਪਾਈਆਂ ਨੇ ਹੁਣ ਗੁਰਮੀਤ ਰਾਮ ਰਹੀਮ ਕਿਉਂਕਿ 20 ਸਾਲ ਦੀ ਸਜ਼ਾ ਕੱਟ ਰਹੇ ਨੇ ਰੇਪ ਐਂਡ ਮਰਡਰ ਵਰਗੇ ਉਹਨਾਂ ਦੇ ਉੱਤੇ ਇਲਜ਼ਾਮ ਨੇ ਸੋ ਇਸ ਕਰਕੇ 20 ਸਾਲ ਦੀ ਸਜ਼ਾ ਕੱਟ ਰਹੇ ਨਹੀਂ ਔਰ ਲਗਾਤਾਰ ਉਹਨਾਂ ਨੂੰ ਹੁਣ ਪੈਰੋਲ ਮਿਲ ਰਿਹਾ ਫਰਵਰੀ ਦੇ ਵਿੱਚ ਹੀ ਉਹਨਾਂ ਨੂੰ ਪੈਰੋਲ ਮਿਲਿਆ ਸੀ ਤੇ ਹੁਣ ਉਹਨਾਂ ਨੂੰ ਫੇਰ ਪੈਰੋਲ ਮਿਲਿਆ 40 ਦਿਨਾਂ ਦਾ ਐਡਵੋਕੇਟ ਐਚ ਸੀ ਅਰੋੜਾ ਉਹਨਾਂ ਨੇ ਨਿੱਜੀ ਤੌਰ ਤੇ ਇਸ ਫੈਸਲੇ ਤੇ ਉਹਨਾਂ ਨੂੰ ਬੁਰਾ ਲੱਗਿਆ ਕਿਉਂਕਿ ਮੰਨੇ ਪਰਮੰਨੇ ਬੜੇ ਸੂਝਵਾਨ ਵਕੀਲ ਨੇ ਪ੍ਰਕਿਰਿਆ ਦੇ ਮੁਤਾਬਕ ਜਦੋਂ ਵੀ ਸਰਕਾਰ ਦੇ ਫੈਸਲੇ ਨੂੰ ਅਦਾਲਤ ਚ ਚੈਲੰਜ ਕਰਨਾ ਹੋਵੇ ਤੇ ਨੋਟਿਸ ਅਗਰ ਦੇ ਦਿੱਤਾ ਜਾਵੇ ਤੇ ਉਹ ਵੀ ਇੱਕ ਪ੍ਰਕਿਰਿਆ ਦਾ ਹਿੱਸਾ ਹੈ ਹਾਲਾਂਕਿ ਐਮਰਜੈਂਸੀ ਚ ਤੁਰੰਤ ਵੀ ਬਿਨਾ ਨੋਟਿਸ ਦਿੱਤੇ ਵੀ ਕੇਸ ਜਾਂ ਪਟੀਸ਼ਨ ਲਾਈ ਜਾ ਸਕਦੀ ਹੈ ਸੋ ਐਚ ਸੀ ਅਰੂੜਾ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਥਰੂ ਚੀਫ ਸਕੱਟਰੀ ਨੋਟਿਸ ਭੇਜਿਆ ਜਿਹਦੇ ਵਿੱਚ ਉਹਨਾਂ ਨੇ ਇਸ ਗੱਲ ਦੇ ਇਤਰਾਜ਼ ਪ੍ਰਗਟ ਕੀਤਾ ਕਿ ਗੁਰਮੀਤ ਸਿੰਘ ਰਾਮ ਰਹੀਮ ਨੂੰ ਪੈਰੋਲ ਕਿਉਂ ਦਿੱਤਾ ਗਿਆ ਉਹ ਕਹਿੰਦੇ ਕਿ 20 ਸਾਲ ਦੀ ਸਜ਼ਾ ਦਿੱਤੀ ਗਈ ਹੈ ਔਰ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਗੁਰਮੀਤ ਸਿੰਘ ਰਾਮ ਰਹੀਮ ਦੀਆਂ ਉਹ ਸਾਨੂੰ ਸਾਰਿਆਂ ਸਾਰਿਆਂ ਨੂੰ ਪਤਾ ਹੈ ਅਸੀਂ ਹਰ ਰੋਜ਼ ਦੇਖਦੇ ਆ ਉਹ ਲਗਾਤਾਰ ਆਨਲਾਈਨ ਆਪਣੇ ਧਾਰਮਿਕ ਸਮਾਗਮ ਕਰਦੇ ਨੇ ਭਾਵੇਂ ਉਹ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਦੇ ਨੇ ਪਰ ਕਿ ਸਰਕਾਰਾਂ ਹਰ ਕੈਦੀਆਂ ਨੂੰ ਪੈਰੋਲ ਤੇ ਆਉਣ ਤੋਂ ਬਾਅਦ ਇੰਨੀ ਖੁੱਲ ਦੰਦੀਆਂ ਨੇ ਹੁਣ ਸਵਾਲ ਇਹ ਵੀ ਹੈ ਕਿ ਗੁਰਮੀਤ ਸਿੰਘ ਰਾਮ ਰਹੀਮ ਨੂੰ ਕਾਗਜ਼ਾਂ 'ਚ ਕਿਸ ਕੰਮ ਲਈ ਪੈਰੋਲ ਦਿੱਤਾ ਗਿਆ ਹੈ ਕੀ ਗੁਰਮੀਤ ਸਿੰਘ ਰਾਮ ਰਹੀਮ ਨੇ ਪਰੋਲ ਦੀ ਅਰਜ਼ੀ ਤੇ ਲਿਖਿਆ ਸੀ ਕਿ ਮੈਂ ਧਾਰਮਿਕ ਸਮਾਗਮ ਕਰਨੇ ਨੇ ਤੇ ਮੈਂ ਆਨਲਾਈਨ ਧਾਰਮਿਕ ਸਮਾਗਮ ਕਰਨੇ ਨੇ ਕੀ ਗੁਰਮੀਤ ਸਿੰਘ ਰਾਮ ਰਹੀਮ ਨੇ ਖੇਤੀ ਲਈ ਕਿਸੇ ਹੋਰ ਕੰਮ ਦੇ ਲਈ ਪਰੋਲ ਮੰਗੀ ਸੀ ਕੀ ਉਹ ਸਾਰਾ ਸਮਾਂ ਉਸ ਕੰਮ 'ਚ ਲਗਾ ਰਹੇ ਨੇ ਬੜੇ ਬੁਨਿਆਦੀ ਸਵਾਲ ਹੈ ਜਿਨ੍ਹਾਂ ਦੇ ਉੱਤੇ ਗੱਲ ਡਿਬੇਟ ਹੋ ਰਹੀ ਹੈ ਉਹ ਗੱਲ ਵੱਖਰੀ ਹੈ ਕਿ ਵੱਡੀ ਗਿਣਤੀ ਡੇਰਾ ਪ੍ਰੇਮੀ ਨੇ ਜਿਹੜੇ ਗੁਰਮੀਤ ਸਿੰਘ ਰਾਮ ਰਹੀਮ ਹੁਣਾਂ 'ਤੇ ਭਰੋਸਾ ਕਰਦੇ ਨੇ ਉਹ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਹੈ ਗੱਲ ਕਾਨੂੰਨੀ ਹੋ ਰਹੀ ਹੈ ਕੋਈ ਗੁਰਮੀਤ ਸਿੰਘ ਰਾਮ ਰਹੀਮ ਨੂੰ ਪਸੰਦ ਕਰਨ ਵਾਲੇ ਨਾ ਨੇ ਜਾਂ ਉਹਨਾਂ ਨੂੰ ਚਾਉਣ ਵਾਲੇ ਨੇ ਜਾਂ ਉਹਨਾਂ ਦੇ ਸਮਾਗਮਾਂ 'ਚ ਹਿੱਸਾ ਲੈਣ ਵਾਲੇ ਨੇ ਉਹਨਾਂ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਇਤਰਾਜ਼ ਕਾਨੂੰਨੀ ਪ੍ਰਕਿਰਿਆ ਦੇ ਉੱਤੇ ਚੱਲ ਰਿਹਾ ਹੈ ਕਿ ਕੀ ਹਰਿਆਣਾ ਦੀ ਸਰਕਾਰ ਨੇ ਕਾਨੂੰਨੀ ਤੌਰ ਦੇ ਉੱਤੇ ਕੋਈ ਸ਼ਰਤਾਂ ਲਾਈਆਂ ਗੁਰਮੀਤ ਸਿੰਘ ਰਾਮ ਰਹੀਮ ਉਹਨਾਂ ਨੂੰ ਪਰੋਲ ਵੇਲੇ ਜਾਂ ਉਹਨਾਂ ਨੂੰ ਸਮਾਗਮ ਕਰਨ ਦੀ ਸ਼ਰਤ ਨਹੀਂ ਲਾਈ ਗਈ ਯਾ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਕਿ ਤੁਸੀਂ ਜੋ ਮਰਜ਼ੀ ਕਰੋ ਇਸ ਤਰ੍ਹਾਂ ਦੇ ਸਵਾਲ ਨੇ ਜਿਹੜੇ ਕਾਨੂੰਨੀ ਤੌਰ ਤੇ ਉਹਨਾਂ ਦਾ ਬੜਾ ਲੀਗਲ ਅਨਾਲਿਸਿਸ ਹੈ ਜਿਹੜਾ ਉਹ ਵੀ ਅੱਜਕੱਲ ਹੋ ਰਿਹਾ ਸੋ ਐਸਸੀ ਅਰੋੜਾ ਉਹਨਾਂ ਨੇ ਹੁਣ ਜੋ ਪਤਾ ਲੱਗਿਆ ਕਿ ਸੋਮਵਾਰ ਨੂੰ ਯਾਨੀ ਕਿ ਕੱਲ ਕੱਲ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਇੱਕ ਜਨਹਿਤ ਪਟੀਸ਼ਨ ਵੀ ਲਾ ਸਕਦੇ ਨੇ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹਦੇ ਵਿੱਚ ਪਟੀਸ਼ਨ ਦੇ ਵਿੱਚ ਉਹ ਆਮ ਲੋਕਾਂ ਦੀਆਂ ਜਾਂ ਆਪਣੀਆਂ ਭਾਵਨਾਵਾਂ ਦਾ ਹਵਾਲਾ ਦੇ ਕੇ ਅਦਾਲਤ ਤੋਂ ਮੰਗ ਕਰਨਗੇ ਕਿ ਗੁਰਮੀਤ ਸਿੰਘ ਰਾਮ ਰਹੀਮ ਦੀ ਜਿਹੜੀ ਪਟੀਸ਼ਨ ਹੈ ਉਹ ਰੱਦ ਕੀਤੀ ਜਾਵੇ ਹਾਲਾਂਕਿ ਉਹਨਾਂ ਨੇ ਹਰਿਆਣਾ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਉਹਨਾਂ ਦੀ ਜਿਹੜੀ ਪੈਰੋਲ ਹੈ ਉਹ ਰੱਦ ਕੀਤੀ ਜਾਵੇ ਹੁਣ ਉਹ ਹਾਈ ਕੋਰਟ ਦੇ ਜ਼ਰੀਏ ਕਹਿਣਗੇ ਕਿ ਪੈਰੋਲ ਹੈ ਜਿਹੜੀ ਰੱਦ ਕੀਤੀ ਜਾਵੇ ਗੁਰਮੀਤ ਸਿੰਘ ਰਾਮ ਰਹੀਮ ਦੀ ਔਰ ਉਹ ਕਹਿੰਦੇ ਨੇ ਕਿ ਪੈਰੋਲ ਜਿਸ ਕੰਮ ਵਾਸਤੇ ਦਿੱਤੀ ਗਈ ਹੈ ਕੀ ਉਹ ਉਹੀ ਕੰਮ ਕਰ ਰਹੇ ਨੇ ਇਹ ਬਹੁਤ ਵੱਡਾ ਸਵਾਲ ਹੈ ਔਰ ਉਹ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਦੇ ਉਹਨਾਂ ਤੇ ਦੋਸ਼ ਨੇ ਉਹਨਾਂ ਦੋਸ਼ਾਂ ਤੋਂ ਬਾਅਦ ਜਿਵੇਂ ਉਹ ਵਿਚਾਰ ਰਹੇ ਨੇ ਇਹ ਸਾਰਾ ਮਾਮਲਾ ਜਿਹੜਾ ਇਹ ਹਰਿਆਣਾ ਸਰਕਾਰ ਨੂੰ ਔਰ ਕਾਨੂੰਨ ਨੂੰ ਬਹੁਤ ਗੰਭੀਰਤਾ ਦੇ ਨਾਲ ਵਿਚਾਰਨਾ ਚਾਹੀਦਾ ਹੈ ਤਾਂ ਕਿ ਜਿਹੜੀਆਂ ਸਾਡੀਆਂ ਅਦਾਲਤਾਂ ਨੇ ਉਹਨਾਂ ਦੇ ਫੈਸਲੇ ਇਨ ਬਿਨ ਲਾਗੂ ਹੋ ਸਕਣ ਔਰ ਮੈਨੂੰ ਲੱਗਦਾ ਹੈ ਸੋਮਵਾਰ ਨੂੰ ਹਰਜੋਤ ਜੀ ਕੱਲ ਜਦੋਂ ਪਟੀਸ਼ਨ ਲਗਣੀ ਹੈ ਹਾਈ ਕੋਰਟ ਚ ਇਹਦੇ ਤੇ ਹੋਰ ਸੋਮਵਾਰੀਆਂ ਆਉਂਦੇ ਦਿਨਾਂ ਚ ਪਟੀਸ਼ਨ ਲਾ ਸਕਦੇ ਨੇ ਇਦੇ ਨਾਲ ਇੱਕ ਹੋਰ ਵੱਡੀ ਡਿਬੇਟ ਬਣੇਗੀ ਮੈਨੂੰ ਲੱਗਦਾ ਹੈ ਕਿ ਗੁਰਮੀਤ ਸਿੰਘ ਰਾਮ ਰਹੀਮ ਦਾ ਜਿਹੜਾ ਪੈਰੋਲ ਹੈ ਇਹ ਆਉਂਦੇ ਦਿਨਾਂ ਚ ਹੋਰ ਵੱਡਾ ਮੁੱਦਾ ਬਣ ਸਕਦਾ ਮੈਂ ਉਹਨਾਂ ਦਾ ਇਸ ਟਾਈਮ YouTube ਚੈਨਲ ਵੀ ਖੋਲਿਆ ਹੋਇਆ ਹੈ ਲਗਾਤਾਰ ਉਹ ਧਾਰਮਿਕ ਸਮਾਗਮ ਨੇ ਜਿਹੜੇ ਆਪਣੇ ਕਰ ਰਹੇ ਨੇ ਕੱਲ ਵੀ ਕੱਲ ਵੀ ਉਹਨਾਂ ਦਾ ਜਿਹੜਾ ਆਨਲਾਈਨ ਸਪਿਰਚੁਅਲ ਡਿਸਕੋਰਸ ਹੈ ਉਹ ਰੱਖਿਆ ਗਿਆ ਸੀ ਬਰਨਾਵਾ ਯੂਪੀ ਦੇ ਵਿੱਚੋਂ ਉਹ ਲਗਾਤਾਰ ਲਾਈਵ ਸੀ ਫਿਰ ਉਹਨਾਂ ਨੇ ਲਾਈਵ ਟਾਕ ਸ਼ੋਅ ਰੱਖਿਆ ਯੂਥ ਐਕਸਕਲੂਸਿਵ ਨੌਜਵਾਨਾਂ ਦੇ ਲਈ ਤੇ ਉਹ ਵੀ ਅਨਫਿਲਟਰਡ ਸੀ ਉਹਨਾਂ ਨੇ YouTube ਤੇ ਪਾਇਆ ਸੈਂਟ ਐਮਐਸਜੀ ਇਸ ਨਾਂ ਤੇ YouTube ਚੈਨਲ ਹੈ ਸੋ ਇਹ ਰਿਚ ਕੋਈ ਦੋਹਰਾ ਹੀ ਨਹੀਂ ਹੈ ਕਿ ਉਹਨਾਂ ਦਾ ਜਿਹੜਾ ਗਾਣਾ ਸੀ ਸਾਡੀ ਨਿਤ ਦਿਵਾਲੀ ਫੁੱਲ Song ਉਹਨਾਂ ਵੱਲੋਂ ਲੇਟੈਸਟ ਪੰਜਾਬੀ Song ਲਿਖਿਆ ਗਿਆ ਸੋ ਉਹਦੇ 10 ਮਿਲੀਅਨ ਤੋਂ ਜ਼ਿਆਦਾ ਫਾਲੋਅਰਸ ਨੇ ਜਿਹੜੇ ਉਹ ਵੀ ਹੋ ਚੁੱਕੇ ਨੇ ਸੋ ਇਸ ਕਰਕੇ ਉਹਨਾਂ ਦੀਆਂ ਆਨਲਾਈਨ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਕਾਫੀ ਵੱਡੇ ਡਿਬੇਟ ਦੇ ਵਿੱਚ ਚਰਚਾ ਦੇ ਵਿੱਚ ਬੁੱਧੀਜੀਵੀ ਲੋਕ ਲੈ ਕੇ ਆ ਰਹੇ ਨੇ ਔਰ ਆਪਣੇ ਆਪਣੇ ਤਰੀਕੇ ਨਾਲ ਆਪਣੇ ਆਪਣੇ ਪੱਖ ਦੀ رائے ਰੱਖ ਰਹੇ ਨੇ ਦੇਖੋ ਉਹਨਾਂ ਨੇ ਉਹਨਾਂ ਦੇ ਜਿਹੜੇ ਸਮਾਗਮ ਸੀ ਉਹਨਾਂ ਦੇ ਸਮਾਗਮ ਦੇ ਨਾਲ ਵਿਵਾਦ ਵੀ ਜੁੜਿਆ ਸੀ ਮੀਡੀਆ 'ਚ ਵਕਫ ਵਕਫ ਤਰ੍ਹਾਂ ਨਾਲ ਇਹ ਗੱਲ ਵੀ ਆ ਰਹੀ ਹੈ ਇਹ ਵੀ ਗੱਲ ਆ ਰਹੀ ਹੈ ਕਿ ਜਦੋਂ ਆਨਲਾਈਨ ਸਮਾਗਮ ਸੀ ਤੇ ਉਦੋਂ ਉਹਨਾਂ ਦੇ ਜਿਹੜੇ ਇੱਕ ਫਾਲੋਅਰ ਸੀ ਜਾਂ ਡੇਰਾ ਪ੍ਰੇਮੀ ਸੀ ਜਾਂ ਚਾਹਣ ਵਾਲੇ ਸੀ ਉਹਨਾਂ ਨੇ ਮੰਗ ਰੱਖੀ ਗੁਰਮੀਤ ਸਿੰਘ ਰਾਮ ਰਹੀਮ ਤੋਂ ਕਿ ਜਿਹੜਾ ਕਿ ਉਹ ਚਾਹੁੰਦੇ ਨੇ ਕਿ ਸੁਨਾਮ ਦੇ ਵਿੱਚ ਵੀ ਇੱਕ ਵੱਡਾ ਡੇਰਾ ਜਿਹੜਾ ਖੋਲਿਆ ਜਾਵੇ ਜਿਸ ਤੋਂ ਬਾਅਦ ਗੁਰਮੀਤ ਸਿੰਘ ਰਾਮ ਰਹੀਮ ਨੇ ਆਪਣਾ ਪੱਖ ਰੱਖਿਆ ਹਾਲਾਂਕਿ ਇਹ ਵੀ ਗੱਲਾਂ ਤੁਰੀਆਂ ਕਿ ਉੱਥੇ ਹਜੇ ਜ਼ਮੀਨ ਦਾ ਸਾਈਜ਼ ਛੋਟਾ ਹੈ ਸੋ ਵੱਡੀ ਜ਼ਮੀਨ ਦੀ ਜ਼ਰੂਰਤ ਹੋ ਸਕਦੀ ਹੈ ਸੋ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਨੇ ਉਹ ਨਿਕਲ ਕੇ ਆਈਆਂ ਨੇ ਸੋ ਜਿਸ ਤੋਂ ਬਾਅਦ ਕਾਫੀ ਕੰਟਰੋਵਰਸੀ ਵੀ ਬਣੀ ਉਧਰ ਅਮਰਿਤਪਾਲ ਸਿੰਘ ਉਹਨਾਂ ਨੇ ਵਿਰੋਧ ਕੀਤਾ ਔਰ ਅਮਰਿਤਪਾਲ ਸਿੰਘ ਉਹਨਾਂ ਨੇ ਤਾਂ ਲਗਾਤਾਰ ਇਹ ਬਿਆਨ ਵੀ ਦਿੱਤਾ ਸੀ ਕਿ ਅਸੀਂ ਪੰਜਾਬ ਚ ਕੋਈ ਵੱਡਾ ਡੇਰਾ ਨਹੀਂ ਬਣਨ ਦਿਆਂਗੇ ਨਹੀਂ ਖੁੱਲਣ ਦਵਾਗੇ ਹਾਲਾਂਕਿ ਉਸ ਤੋਂ ਬਾਅਦ ਇਹ ਮੰਗ ਵੀ ਹੋਈ ਪਹਿਲਾਂ ਤਾਂ ਸਰਕਾਰ ਨੇ ਹੀ ਮੰਗ ਕੀਤੀ ਸੀ ਉਹਨਾਂ ਨੇ ਕਿ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਆ ਕਿ ਪੰਜਾਬ ਸਰਕਾਰ ਗੰਭੀਰਤਾ ਦੇ ਨਾਲ ਵੇਖੇ ਔਰ ਬਹੁਤ ਸਾਰੇ ਜਿਹੜੇ ਸਿਆਣੇ ਲੋਕ ਨੇ ਬੁੱਧੀਜੀਵੀ ਲੋਕ ਨੇ ਪੋਲੀਟੀਕਲ ਐਕਸਪਰਟ ਨੇ ਉਹਨਾਂ ਨੇ ਵੀ ਕਈ ਤਰ੍ਹਾਂ ਦੇ ਸ਼ੰਕੇ ਖੜੇ ਕੀਤੇ ਕਿ ਅਚਾਨਕ ਪਰੋਲ ਤੇ ਆਉਣ ਤੋਂ ਬਾਅਦ ਗੁਰਮੀਤ ਸਿੰਘ ਰਾਮ ਰਹੀਮ ਵੱਲੋਂ ਜਿਹੜੇ ਇਸ ਤਰੀਕੇ ਦੇ ਵਿਚਾਰ ਦਿੱਤੇ ਜਾ ਰਹੇ ਨੇ ਕਿਤੇ ਉਹ ਪੰਜਾਬ ਦੇ ਵਿੱਚ ਨਵੇਂ ਸਿਰੇ ਤੋਂ ਕੋਈ ਵਿਵਾਦ ਨਾ ਪੈਦਾ ਹੋਵੇ ਕਿਉਂਕਿ ਬਹੁਤ ਹੀ ਆ ਆਪਸੀ ਭਾਈਚਾਰਕ ਸਾਂਝ ਵਾਲਾ ਮਾਹੌਲ ਪੰਜਾਬ ਦੇ ਵਿੱਚ ਹੈ ਸੋ ਕਿਸੇ ਵੀ ਅਜਿਹੀ ਗੱਲ ਦੇ ਨਾਲ ਜਿਹੜੇ ਕੋਈ ਪੁਰਾਣੇ ਮਾਮਲੇ ਨੇ ਉਹ ਚਰਚਾ ਦੇ ਵਿੱਚ ਨਾ ਜਾਣ ਕਿਤੇ ਜਿਹੜਾ ਪੀਸਫੁਲ এনवायरमेंट ਹੈ ਉਹਦੇ ਤੇ ਸਵਾਲ ਨਾ ਖੜਾ ਹੋਵੇ ਹਾਲਾਂਕਿ ਇਹ ਸੰਤੁਸ਼ਟੀ ਵਾਲੀ ਗੱਲ ਰਹੀ ਕਿ ਉਸ ਪਾਸਿਓਂ ਡੇਰੇ ਵਾਲੀ ਧਿਰ ਤੋਂ ਫਿਰੇ ਬਿਆਨ ਆਏ ਕਿ ਸਧਾਰਨ ਜਿਹੜੇ ਨੇ ਉਹ ਤਬਦੀਲੀਆਂ ਦੀ ਜਾਂ ਅਪਡੇਟ ਦੀ ਗੱਲ ਕੀਤੀ ਗਈ ਸੀ ਹਾਲਾਂਕਿ ਇਹਦੀ ਵੀ ਆਉਂਦੇ ਦਿਨਾਂ ਦੇ ਵਿੱਚ ਕੀ ਰੂਪਰੇਖਾ ਹੁੰਦੀ ਹੈ ਉਹਦੇ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਕਿਸੇ ਕੋਲੇ ਨਹੀਂ ਹੈ ਪਰ ਮੈਂ ਉਹੀ ਕਹਿ ਰਿਹਾ ਹਰਜੋਤ ਜੀ ਕਿ ਉਹਨਾਂ ਦੇ ਸਮਾਗਮਾਂ ਦੇ ਨਾਲ ਹੀ ਕਈ ਤਰੀਕੇ ਦੇ ਵਿਚਾਰ ਨੇ ਜਿਹੜੇ ਉਹ ਡਿਬੇਟ ਦੇ ਵਿੱਚ ਆ ਰਹੇ ਨੇ ਹਾਲਾਂਕਿ ਜਿਹੜੇ ਡੇਰਾ ਸਮਰਥਕ ਨੇ ਡੇਰਾ ਪ੍ਰੇਮੀ ਨੇ ਨਿੱਜੀ ਤੌਰ ਤੇ ਕਿਸੇ ਦਾ ਕੋਈ ਵਿਰੋਧ ਨਹੀਂ ਉਹਨਾਂ ਨੂੰ ਪੂਰੀ ਆਜ਼ਾਦੀ ਹੈ ਉਹ ਕਿਸ ਨਾਲ ਜੁੜਨਾ ਚਾਹੁੰਦੇ ਨੇ ਕਿਸ ਨਾਲ ਉਹ ਜੁੜੇ ਹੋਏ ਨੇ ਇਹ ਉਹਨਾਂ ਦਾ ਆਪਣਾ ਨਿੱਜੀ ਜ਼ਿੰਦਗੀ ਜਿਉਣ ਦਾ ਉਹਨਾਂ ਦਾ ਹੱਕ ਹੈ ਡੈਮੋਕ੍ਰੇਸੀ 'ਚ ਉਹਨਾਂ ਨੂੰ ਹੱਕ ਮਿਲਦੇ ਨੇ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਹੈ ਜਿਹੜੀ ਜਿਹੜਾ ਜਿਹੜਾ ਡਿਬੇਟ ਹੋ ਰਿਹਾ ਇਸ਼ੂ ਉਹ ਡਿਬੇਟ ਇਹ ਹੋ ਰਿਹਾ ਕਿ ਕੋਈ ਵੀ ਵਿਅਕਤੀ ਜਦੋਂ ਪੈਰੋਲ ਤੇ ਆਉਂਦਾ ਹੈ ਤੇ ਉਹਦੇ ਅਧਿਕਾਰ ਖੇਤਰ ਕਿਵੇਂ ਡਿਫਾਈਨ ਕੀਤੇ ਜਾਣ ਕਿ ਜਿੰਨੇ ਲੋਕ ਪੈਰੋਲ ਤੇ ਆਉਂਦੇ ਨੇ ਕੀ ਉਹ ਸਾਰੇ ਲੋਕ ਆਨਲਾਈਨ ਸਮਾਗਮ ਕਰ ਸਕਦੇ ਨੇ ਕੀ ਉਹ ਸਾਰੇ ਲੋਕ ਜਿਹੜੇ ਜਿਹੜੇ ਲੋਕ ਆਉਂਦੇ ਨੇ ਪੈਰੋਲ ਦੇ ਉੱਤੇ ਕੀ ਕਿਸੇ ਜ਼ਾਬਤੇ ਦੇ ਵਿੱਚ ਉਹਨਾਂ ਨੂੰ ਬੰਨਿਆ ਜਾਂਦਾ ਹੈ ਕੀ ਜਿਸ ਕੰਮ ਦੇ ਲਈ ਉਹਨਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਉਹ ਉਸੇ ਕੰਮ ਤੇ ਫੋਕਸ ਰਹਿੰਦੇ ਨੇ ਸੋ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਡਿਬੇਟ ਦੇ ਵਿੱਚ ਆਈਆਂ ਨੇ ਖੈਰ ਹਾਲਾਂਕਿ ਅਮਰਿਤਪਾਲ ਸਿੰਘ ਉਹਨਾਂ ਦੇ ਵਿਰੋਧ ਤੋਂ ਬਾਅਦ ਕਈ ਸੰਗਠਨਾਂ ਨੇ ਪੰਜਾਬ 'ਚ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਇਹਦੇ ਪਿੱਛੇ ਕਿਤੇ ਕੋਈ ਹੋਰ ਸ਼ਕਤੀ ਤਾਨੀ ਕੰਮ ਕਰ ਰਹੀ ਜਿਹੜਾ ਇਸ ਤਰੀਕੇ ਦਾ ਮਾਹੌਲ ਬਣਨ ਜਾ ਰਿਹਾ ਪਰ ਉਹਦੇ ਤੇ ਕਿਤੇ ਨਾ ਕਿਤੇ ਰੋਕ ਲੱਗੀ ਹੈ ਪਰ ਉਹਨਾਂ ਦੇ ਪੈਰੋਲ ਦੇ ਉੱਤੇ ਜਿਹੜੀ ਸਿਆਸਤ ਹੈ ਉਸੇ ਤਰ੍ਹਾਂ ਜਾਰੀ ਹੈ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਬੀਬੀ ਮਾਲੀਵਾਲ ਉਹਨਾਂ ਨੇ ਤਾਂ ਹਰਿਆਣਾ ਸਰਕਾਰ ਤੇ ਤੰਜ ਕਸੇ ਉਹਨਾਂ ਤੋਂ ਪੰਜ ਸਵਾਲ ਪੁੱਛੇ ਕਿ ਤੁਸੀਂ ਕਿਉਂ ਪੈਰੋਲ ਦਿੰਦੇ ਨੇ ਉਹਨਾਂ ਨੇ ਬਹੁਤ ਤਲਕ ਟਿੱਪਣੀਆਂ ਵੀ ਕੀਤੀਆਂ ਸੀ ਸੋ ਦੇਖਦੇ ਹਾਂ ਹੁਣ ਕਿ ਐਡਵੋਕੇਟ ਐਸ ਸੀ ਅਰੋੜਾ ਵੱਲੋਂ ਜਿਹੜੀ ਪਹਿਲ ਕੀਤੀ ਜਾਣੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਦਾ ਕੀ ਨਤੀਜਾ ਨਿਕਲਦਾ ਤੇ ਜਿਹੜਾ ਸਰਕਾਰ ਨੂੰ ਉਹਨਾਂ ਨੇ ਨੋਟਿਸ ਭੇਜਿਆ ਉਹਦਾ ਕੀ ਨਤੀਜਾ ਆਉਂਦਾ ਹਰ ਜੋਜੀ ਦੂਸਰੀ ਖਬਰ ਲਊਗਾ ਮੈਂ ਦਿੱਲੀ ਤੋਂ ਕਿਉਂਕਿ ਸਾਨੂੰ ਪਤਾ ਹੈ ਕਿ ਛੱਟ ਪੂਜਾ ਦਾ ਤਿਉਹਾਰ ਆ ਰਿਹਾ ਹੈ ਔਰ ਵੱਡੀ ਗਿਣਤੀ 'ਚ ਜਿਹੜੇ ਲੋਕ ਨੇ ਉਹ ਆਪਣੇ ਆਪਣੀ ਆਪਣੀ ਆਸਥਾ ਦੇ ਮੁਤਾਬਕ ਤਿਆਰੀਆਂ ਕਰ ਰਹੇ ਨੇ ਦਿੱਲੀ ਦੇ ਵਿੱਚ ਯਮਨਾ ਦੇ ਕੰਢੇ ਦੇ ਉੱਤੇ ਵੱਡੀ ਗਿਣਤੀ 'ਚ ਲੋਕ ਛੱਟ ਪੂਜਾ ਦਾ ਜਿਹੜਾ ਤਿਉਹਾਰ ਹੈ ਉਹਨੂੰ ਆਪਣੇ ਰੌ ਰੀਤਾਂ ਦੇ ਨਾਲ ਪੂਰਾ ਕਰਦੇ ਨੇ ਨਿਭਾਉਂਦੇ ਨੇ ਹੁਣ ਉੱਥੇ ਬਹੁਤ ਵੱਡੀ ਕੰਟਰੋਵਰਸੀ ਹੋ ਗਈ ਵਿਰੋਧੀ ਧਿਰਾਂ ਖਾਸ ਤੌਰ ਤੇ ਬੀਜੇਪੀ ਨੇ ਸਵਾਲ ਚੱਕ ਲਿਆ ਕਿ ਯਮੁਨਾ ਬਹੁਤ ਮੈਲੀ ਹੈ ਤੇ ਅਰਵਿੰਦ ਕੇਜਰੀਵਾਲ ਲਗਾਤਾਰ ਕਹਿ ਰਹੇ ਸੀ ਕਿ ਮੈਂ ਯਮੁਨਾ ਨੂੰ ਸਾਫ਼ ਕਰੂੰਗਾ ਉਹ ਕਹਿੰਦੇ ਅਰਵਿੰਦ ਕੇਜਰੀਵਾਲ ਦਿੱਲੀ 'ਚ ਯਮੁਨਾ ਨੂੰ ਸਾਫ਼ ਨਹੀਂ ਕਰ ਸਕੇ ਤੇ ਸਿਆਸੀ ਗੱਲਾਂ ਵੱਡੀਆਂ ਵੱਡੀਆਂ ਹੋ ਰਹੀਆਂ ਨੇ ਇਹ ਆਪਣੇ ਆਪ ਚ ਹੈਰਾਨੀ ਵਾਲੀ ਗੱਲ ਹੈ ਉਂਝ ਪੰਜਾਬ 'ਚ ਵੀ ਵੱਡੀਆਂ ਵੱਡੀਆਂ ਪਾਰਟੀਆਂ ਦੇ ਲੋਕ ਹਰਜੋਜੀ ਪੰਜਾਬ ਦੇ ਬੁੱਢੇ ਦਰਿਆਵਾਂ ਨੂੰ ਕਾਲੇ ਦਰਿਆਵਾਂ ਨੂੰ ਜਿਹੜੇ ਗੰਦੇ ਨਾਲੇ ਬਣ ਚੁੱਕੇ ਨੇ ਉਹਨਾਂ ਨੂੰ ਸਾਫ਼ ਕਰਨ ਦੀਆਂ ਡੀਂਗਾ ਮਾਰਦੇ ਰਹੇ ਨੇ ਪਿਛਲੇ ਸਮਿਆਂ 'ਚ ਕਿਸੇ ਤੋਂ ਨਹੀਂ ਹੋਇਆ ਉਹ ਠੀਕ ਹੈ ਸੰਤ ਸੀਚੇਵਾਲ ਉਹਨਾਂ ਨੇ ਜਿਹੜੀ ਪਵਿੱਤਰ ਬਈ ਸੀ ਉਹਨੂੰ ਸਾਫ਼ ਕੀਤਾ ਲੇਕਿਨ ਉਸ ਤੋਂ ਇਲਾਵਾ ਪੋਲਿਟਿਕਲ ਤਿਰਾਂ ਕਦੀ ਵੀ ਕਾਮਯਾਬ ਨਹੀਂ ਹੋਈਆਂ ਭਾਵੇਂ ਲੁਧਿਆਣੇ ਦਾ ਬੁੱਢਾਂ ਨਾਲਾ ਹੋਵੇ ਜਾਂ ਜਲੰਧਰ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਮਾੜੇ ਨਾਲੇ ਬਣ ਚੁੱਕੇ ਨੇ ਜਾਂ ਦੂਸਰੇ ਸ਼ਹਿਰਾਂ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਯਮੁਨਾ ਦਾ ਇਸੇ ਤਰ੍ਹਾਂ ਦਾ ਹੀ ਹਾਲ ਹੈ ਜਿਹਦੇ 'ਚ ਅਰਵਿੰਦ ਕੇਜਰੀਵਾਲ ਕਾਮਯਾਬ ਨਹੀਂ ਹੋਏ ਇਦੇ ਨਾਲ ਨਾਲ ਪਰਾਲੀ ਦਾ ਮਸਲਾ ਵੀ ਇਸੇ ਤਰ੍ਹਾਂ ਦਾ ਦਿੱਲੀ 'ਚ ਭਾਜਪੀ ਨੇ ਪਰਾਲੀ ਦੀ ਗੱਲ ਵੀ ਚੱਕ ਲਈ ਕਹਿੰਦੇ ਦਿੱਲੀ 'ਚ ਪ੍ਰਦੂਸ਼ਣ ਦਾ ਖਤਰਾ ਵੱਧਦਾ ਜਾ ਰਿਹਾ ਤੇ ਕੇਜਰੀਵਾਲ ਸਾਹਿਬ ਪੋਲਿਟਿਕਲ ਟੂਰਿਜ਼ਮ ਤੇ ਗੁਜਰਾਤ ਨੇ ਉਹਨਾਂ ਨੇ ਕੇਜਰੀਵਾਲ ਨੂੰ ਨਿਸ਼ਾਨੇ 'ਚ ਲੈ ਲਿਆ ਉਂਝ ਇਹਨਾਂ ਦਿਨਾਂ ਦੇ ਵਿੱਚ ਪਹਿਲਾਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਬਹੁਤ ਮਿਹਨਤ ਕਰਦੇ ਦਿਖਦੇ ਸੀ ਬਹੁਤ ਸਰਗਰਮ ਰਹਿੰਦੇ ਸੀ ਤੇ ਇੱਕ ਵਾਰੀ ਉਹਨਾਂ ਨੇ ਪੰਜਾਬ ਤੇ ਵੀ ਨਿਸ਼ਾਨਾ ਲਾਇਆ ਸੀ ਪਰਾਲੀ ਨੂੰ ਲੈ ਕੇ ਪਰ ਹੁਣ ਕਿਉਂਕਿ ਪੰਜਾਬ 'ਚ ਸਰਕਾਰ ਬਣ ਗਈ ਇਸ ਕਰਕੇ ਭਗਵੰਤ ਮਾਨ ਅੱਜਕੱਲ ਜਿਹੜੇ ਕਿਸਾਨ ਪਰਾਲੀ ਨਹੀਂ ਸਾੜ ਰਹੇ ਉਹਨਾਂ ਦਾ ਸਨਮਾਨ ਕਰਕੇ ਇਸ ਮੂਹਮ ਨੂੰ ਅੱਗੇ ਵਧਾ ਰਹੇ ਨੇ ਕਿ ਪਰਾਲੀ ਦਾ ਪ੍ਰਦੂਸ਼ਣ ਘਟੇ ਪਰ ਜਿਹੜੇ ਅੰਕੜੇ ਨੇ ਉਹ ਇਸ ਗੱਲ ਦੇ ਗਵਾਹ ਨੇ 28 ਅਕਤੂਬਰ ਨੂੰ ਵੀ ਔਰ 29 ਅਕਤੂਬਰ ਨੂੰ ਵੀ ਪੰਜਾਬ 'ਚ 28 ਅਕਤੂਬਰ ਦਾ ਅੰਕੜਾ ਤਾਂ ਆ ਗਿਆ ਪੰਜਾਬ 'ਚ ਇੱਕ ਦਿਨ 'ਚ ਪਰਾਲੀ ਦੀਆਂ ਘਟਨਾਵਾਂ 'ਚ ਵਾਧਾ ਹੋਇਆ 1500 1600 1700 ਤੋਂ ਵੀ ਇਹ ਅੰਕੜਾ ਵੱਧ ਗਿਆ ਸੋ ਤੁਸੀਂ ਵੀ ਮਹਿਸੂਸ ਕੀਤਾ ਹੋਣਾ ਪਿਛਲੇ 2-3 ਦਿਨਾਂ ਤੋਂ ਪੰਜਾਬ ਚ ਬਹੁਤ ਜ਼ਿਆਦਾ ਪਰਾਲੀ ਸੜ ਰਹੀ ਹੈ ਔਰ ਆਮ ਲੋਕਾਂ ਦੀਆਂ ਅੱਖਾਂ ਦੇ ਵਿੱਚ ਵੀ ਸਾਨੂੰ ਮਹਿਸੂਸ ਹੋ ਰਿਹਾ ਹੈ ਸਾਹ ਲੈਣ ਦੇ ਵਿੱਚ ਵੀ ਕਿਤੇ ਨਾ ਕਿਤੇ ਦਿੱਕਤ ਮਹਿਸੂਸ ਹੋ ਰਹੀ ਹੈ ਪਰ ਮੈਂ ਫਿਰ ਵੀ ਕਹੂੰਗਾ ਕਿ ਕਿਸਾਨ ਇਸ ਵਕਤ ਮਜਬੂਰੀ ਦੀ ਸਥਿਤੀ ਚ ਹੈ ਕਿਸਾਨ ਦੀ ਜਿਹੜੀ ਸਥਿਤੀ ਹੈ ਉਹਨੂੰ ਵੀ ਸਾਨੂੰ ਸਮਝਣਾ ਪਊਗਾ ਕਿਉਂਕਿ ਲਾਰੇ ਸਰਕਾਰਾਂ ਨੇ ਲਾਏ ਕਿਸਾਨ ਤਾਂ ਪਹਿਲਾਂ ਹੀ ਕਹਿੰਦਾ ਵੀ ਲੈ ਜਾਓ ਪਰਾਲੀ ਤੁਸੀਂ ਚੱਕ ਕੇ ਨਾ ਕਿਸਾਨ ਨੂੰ ਮੁਕੰਮਲ ਮੁੱਲ ਮਿਲੇ ਨਾ ਕਿਸੇ ਨੇ ਪੈਸਾ ਦਿੱਤਾ ਹੁਣ ਭਗਵੰਤ ਮਾਨ ਜੀ ਨੇ ਯੋਜਨਾ ਬਣਾ ਕੇ ਭੇਜੀ ਸੀ ਕਹਿੰਦੇ 1500 ਮੋਦੀ ਸਾਹਿਬ ਦੀ ਸਰਕਾਰ ਪਾਵੇ 500 ਦਿੱਲੀ ਵਾਲੇ ਪਾਉਣਗੇ 500 ਅਸੀਂ ਮੋਦੀ ਸਾਹਿਬ ਦੀ ਸਰਕਾਰ ਨੇ 1500 ਪਾਏ ਨਹੀਂ ਤੇ ਇਹਨਾਂ ਨੇ ਆਪਣੇ 500 ਦਿੱਲੀ ਵਾਲੇ 500 ਦਿੱਤੇ ਨਹੀਂ ਸੋ ਇਸ ਕਰਕੇ ਔਰ ਜਦੋਂ ਯੋਜਨਾ ਭੇਜੀ ਜਾਂਦੀ ਆ ਉਦੋਂ ਪੂਰੇ ਟਵੀਟ ਹੁੰਦੇ ਨੇ ਪੂਰੀਆਂ ਅਖਬਾਰਾਂ ਚ ਖਬਰਾਂ ਆ ਜਾਂਦੀਆਂ ਨੇ ਲਓ ਜੀ ਵੀ ਜਿਵੇਂ ਘਰੇ ਬੈਠੇ ਕਿਸਾਨਾਂ ਨੂੰ ਹੁਣ 2500 ਰੁਪਏ ਮਿਲ ਜੂ ਪਰਾਲੀ ਦਾ ਪ੍ਰਤੀ ਏਕੜ ਜਾਂ ਪ੍ਰਤੀ ਕੁਇੰਟਲ ਲੇਕਿਨ ਉਹ ਗੱਲਾਂ ਹੀ ਨਹੀਂ ਸੂਬਾ ਸਰਕਾਰ ਪ੍ਰਾਲੀ ਨੂੰ ਸਾਹਮਣੇ ਚ ਫੇਲ ਹੋਈ ਹੈ ਕੇਂਦਰ ਸਰਕਾਰ ਵੀ ਕਾਫੀ ਹੱਦ ਤੱਕ ਫੇਲ ਹੋਈ ਹੈ ਔਰ ਕੈਪਟਨ ਅਮਰਿੰਦਰ ਜੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਸ ਪਾਸੇ ਕੋਈ ਦੇਖਦਾ ਹੀ ਨਹੀਂ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਕੋਲੇ ਐਡੀ ਸਿਆਸੀ ਤਾਕਤ ਨਹੀਂ ਕਿ ਉਹ ਕੈਪਟਨ ਅਮਰਿੰਦਰ ਤੋਂ ਸਵਾਲ ਪੁੱਛ ਲੈਣ ਵੀ ਜਿਹੜਾ 11-1200 ਕਰੋੜ ਭੇਜਿਆ ਸੀ ਕੇਂਦਰ ਨੇ ਉਹਦੇ ਚੋਂ 100-150 ਕਰੋੜ ਦਾ ਜਿਹੜਾ ਘਪਲਾ ਹੋਇਆ ਉਹ ਕੌਣ ਖਾ ਗਿਆ ਕੌਣ ਕਰ ਗਿਆ ਬਾਕੀ ਲੀਡਰਾਂ ਨੂੰ ਜਰੂਰ ਵਿਜੀਲੈਂਸ ਬਿਊਰੋ ਦੇ ਨੋਟਿਸ ਵੀ ਜਾ ਰਹੇ ਨੇ ਤੇ ਵਿਜੀਲੈਂਸ ਬਿਊਰੋ ਦੇ ਪਰਚੇ ਵੀ ਹੋ ਰਹੇ ਨੇ ਕਿਉਂਕਿ ਕੈਪਟਨ ਮਰਿੰਦਰ ਖੇਤੀਬਾੜੀ ਮੰਤਰੀ ਸੀ ਇੱਕ ਵਾਰੀ ਪੁੱਛਿਆ ਵੀ ਨਹੀਂ ਪੰਜਾਬ ਦੀ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਅਫਸਰ ਭੇਜ ਕੇ ਕੈਪਟਨ ਮਰਿੰਦਰ ਦੇ ਘਰੇ ਇਹਦੇ ਪਿੱਛੇ ਹੁਣ ਕੀ ਹੈ ਇਹ ਮੈਂ ਤਾਂ ਨਹੀਂ ਜਾਣਦਾ ਪਰ ਸਵਾਲ ਹੈ ਕਿ ਖੇਤੀਬਾੜੀ ਮੰਤਰੀ ਤੋਂ ਪੁੱਛਿਆ ਨਹੀਂ ਤੇ ਘਟਾਲੇ ਦੇ ਇਲਜ਼ਾਮ ਲੱਗ ਰਹੇ ਨੇ ਵੀ ਕਾਂਗਰਸ ਦੀ ਪਿਛਲੀ ਸਰਕਾਰ ਨੇ 100 ਕਰੋੜ ਸਵਾ 100 ਕਰੋੜ 150 ਕਰੋੜ ਦਾ ਪਰਾਲੀ ਖਰੀਦਣ ਵਾਲੀਆਂ ਮਸ਼ੀਨਾਂ 'ਚ ਕਪਲਾ ਕਰਤਾ ਭਾਈ ਆ ਦੇਖੋ ਅਗਰ ਉਹ 150 ਕਰੋੜ ਦਾ ਕਫਲਾ ਨਾ ਹੋਇਆ ਹੁੰਦਾ ਕੈਪਟਨ ਦੇ ਰਾਤ ਚ ਤੇ ਅੱਜ ਇਹ ਨੌਬਤ ਨਹੀਂ ਸੀ ਆਣੀ ਠੀਕ ਹੈ ਅਸੀਂ ਮੁਸੀਬਤਾਂ ਅੱਖਾਂ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ ਸਾਧੀਆਂ ਦਿੱਕਤਾਂ ਆ ਰਹੀਆਂ ਨੇ ਸਾਡੇ ਬਜ਼ੁਰਗ ਲੋਕਾਂ ਨੂੰ ਵੀ ਦਿੱਕਤਾਂ ਆ ਰਹੀਆਂ ਨੇ ਪਰ ਅਸੀਂ ਸਰਕਾਰਾਂ ਤੇ ਸਵਾਲ ਨਹੀਂ ਚੱਕਦੇ ਪਿਛਲੀ ਸਰਕਾਰ ਤੇ ਕੋਈ ਜਾਂਚ ਨਹੀਂ ਹਜੇ ਤੱਕ ਵਿਜੀਲੈਂਸ ਬਿਊਰੋ ਦੀ ਮੈਨੂੰ ਲੱਗਦਾ ਆਰਡਰ ਹੋਈ ਜਾਂ ਪਿਛਲੇ ਕਿਸੇ ਖੇਤੀਬਾੜੀ ਮੰਤਰੀ ਤੇ ਵੀ ਭਾਈ ਦੱਸੋ ਮਸ਼ੀਨਾਂ ਕਿਉਂ ਨਹੀਂ ਲਈਆਂ ਸੋ ਸਿਆਸਤ ਇਸੇ ਤਰ੍ਹਾਂ ਚੱਲਦੀ ਹੈ ਮੈਂ ਦਿੱਲੀ ਚ ਫਿਰ ਵਾਪਸ ਮੁੜਦਾ ਕਿਉਂਕਿ ਛੱਡ ਪੂਜਾ ਕਰਕੇ ਲੋਕ ਚਾਹੁੰਦੇ ਨੇ ਅਸੀਂ ਯਮਨਾ ਕਿਨਾਰੇ ਆਪਣੀਆਂ ਰੌ ਰੀਤਾਂ ਪੂਰੀਆਂ ਕਰੀਏ ਕਈ ਥਾਂ ਤੇ ਉੱਥੇ ਪਾਬੰਦੀ ਵੀ ਲਗਾ ਦਿੱਤੀ ਗਈ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਹਵਾਲਾ ਦੇ ਕੇ ਕਿ ਯਮਨਾ ਜ਼ਿਆਦਾ ਮੈਲੀ ਨਾ ਹੋਵੇ ਹੁਣ ਉੱਥੇ ਭਾਜਪਾ ਅਰਵਿੰਦ ਕੇਜਰੀਵਾਲ ਤੇ ਨਿਸ਼ਾਨੇ ਸੇਧ ਰਹੀ ਹੈ ਆਮ ਆਦਮੀ ਪਾਰਟੀ ਦੇ ਇੱਕ ਬੁਲਾਰੇ ਨੇ ਸੌਰਵ ਭਰਦਵਾਜ ਜਿਤ ਤੱਕ ਮੇਰੀ ਜਾਣਕਾਰੀ ਹੈ ਉਹਨਾਂ ਦਾ ਨਾਮ ਹੈ ਮੈਂ ਮਾਫੀ ਚਾਹੂੰਗਾ ਅਗਰ ਉਹਨਾਂ ਦਾ ਮੈਂ ਨਾਮ ਦਰੁਸਤ ਨਹੀਂ ਲੈ ਰਿਹਾ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਤਾਂ ਕਿ ਜਿਹੜੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਉਹਨਾਂ ਨੂੰ ਛਪਾਸ ਰੋਗ ਹੋ ਗਿਆ ਉਹ ਵਿਆਖਿਆ ਕਰਦੇ ਆ ਛਪਾਸ ਰੋਗ ਦੀ ਟਵਿੱਟਰ ਤੇ ਉਹਨਾਂ ਨੇ ਵੀਡੀਓ ਪਾਈ ਉਹ ਕਹਿੰਦੇ ਛਪਾਸ ਰੋਗ ਦਾ ਮਤਲਬ ਹੁੰਦਾ ਹੈ ਕਿ ਉਹ ਵਿਅਕਤੀ ਜਿਹੜਾ ਚਾਹੁੰਦਾ ਹੈ ਹਰ ਰੋਜ਼ ਅਖਬਾਰ 'ਚ ਮੇਰੀ ਖਬਰ ਛਪੇ ਜਾਂ ਮੇਰੀ ਫੋਟੋ ਛਪੇ ਅਸਲ 'ਚ ਜਿਹੜੇ ਲੈਫਟੀਨੈਂਟ ਗਵਰਨਰ ਨੇ ਉਹਨਾਂ ਨੇ ਚਿੱਠੀ ਲਿਖੀ ਦਿੱਲੀ ਸਰਕਾਰ ਨੂੰ ਕਿ ਛੱਡ ਪੂਜਾ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੋਣ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਹੋਣ ਉਹਨਾਂ ਨੇ ਆਪਣੇ ਸੁਝਾਅ ਦਿੱਤੇ ਨੇ ਸੋ ਆਮ ਆਦਮੀ ਪਾਰਟੀ ਦੇ ਬੁਲਾਰੇ ਨੂੰ ਇਹ ਚਿੱਠੀ ਵੀ ਚੰਗੀ ਨਹੀਂ ਲੱਗੀ ਉਹ ਕਹਿੰਦੇ ਫੇਰ ਪ੍ਰੇਮ ਪੱਤਰ ਭੇਜ ਤਾਰਿੰਦ ਕੇਜਰੀਵਾਲ ਨੂੰ ਮੈਨੂੰ ਲੱਗਦਾ ਇੱਕ ਸੰਵਿਧਾਨਿਕ ਅਹੁਦੇ ਤੇ ਬੈਠਾ ਵਿਅਕਤੀ ਲੈਫਟੀਨੈਂਟ ਗਵਰਨਰ ਜਦੋਂ ਇੱਕ ਮੁੱਖ ਮੰਤਰੀ ਨੂੰ ਚਿੱਠੀ ਲਿਖਦਾ ਹੈ ਪਾਵੇਂ ਰੋਜ਼ ਚਿੱਠੀ ਲਿਖੇ ਅਰਮਿੰਦ ਕੇਜਰੀਅਲ ਵੀ ਚਿੱਠੀ ਲਿਖ ਸਕਦੇ ਨੇ ਮੁੱਖ ਮੰਤਰੀ ਕੋਲੇ ਵੀ ਪੂਰਾ ਅਧਿਕਾਰ ਹੈ ਚਿੱਠੀ ਲਿਖਣ ਦਾ ਸੋ ਮੈਨੂੰ ਲੱਗਦਾ ਇਸ ਤਰੀਕੇ ਦੀ ਬਿਆਨਵਾਜ਼ੀ ਤੋਂ ਬਚਣਾ ਚਾਹੀਦਾ ਹੈ ਕਿ ਲੈਫਟੀਨੈਂਟ ਗਵਰਨਰ ਨੂੰ ਛਪਾਸ ਰੋਗ ਹੋ ਗਿਆ ਸੋ ਛਪਾਸ ਰੋਗ ਨੂੰ ਉਹਨਾਂ ਨੇ ਵਿਆਖਿਆ ਕੀਤੀ ਹੈ ਸੋ ਇਹ ਨਵੀਂ ਤਰ੍ਹਾਂ ਦੀ ਸਿਆਸਤ ਹੈ ਜਿਹੜੀ ਦਿੱਲੀ 'ਚ ਵੀ ਸਾਨੂੰ ਦਿਖ ਰਹੀ ਹੈ ਔਰ ਪੰਜਾਬ 'ਚ ਵੀ ਦਿਖ ਰਹੀ ਹੈ ਹਰਜੋਤ ਜੀ ਬਾਕੀ ਵੇਖਦੇ ਆਂ ਇਹ ਸਿਆਸਤ ਕਿਸ ਪਾਸੇ ਨੂੰ ਜਾਂਦੀ ਹੈ ਇੱਕ ਗੱਲ ਸਾਫ਼ ਹੈ ਪੰਜਾਬ 'ਚ ਪ੍ਰਾਲੀ ਦੀ ਸਮੱਸਿਆ ਦਿਨ ਪ੍ਰਤੀ ਦਿਨ ਗੰਭੀਰ ਹੁੰਦੀ ਜਾ ਰਹੀ ਹੈ ਔਰ ਸਾਡੀ ਸਰਕਾਰ ਨੂੰ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਭਗਵੰਤ ਮਾਨ ਦਾ ਇਹ ਉਪਰਾਲਾ ਚੰਗਾ ਹੈ ਕਿ ਜਿਹੜੇ ਕਿਸਾਨ ਨਹੀਂ ਪਰਾਲੀ ਸਾੜ ਰਹੇ ਉਹਨਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਪਰ ਇਹ ਵੀ ਸੋਚਣ ਦੀ ਲੋੜ ਹੈ ਕਿ ਜਿਹੜੇ ਕਿਸਾਨ ਸਮਰੱਥ ਨੇ ਜਿਨ੍ਹਾਂ ਕੋਲੇ ਵੱਡੀਆਂ ਜ਼ਮੀਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਨੇ ਆਪਣੇ ਸਾਧਨ ਨੇ ਉਹ ਤਾਂ ਪਰਾਲੀ ਸਾਂਭ ਲੈਂਦੇ ਨੇ ਜਿਹੜੇ ਬਹੁਤ ਕਮਜ਼ੋਰ ਨੇ ਘੱਟ ਜ਼ਮੀਨਾਂ ਵਾਲੇ ਨੇ ਘੱਟ ਸਾਧਨਾਂ ਵਾਲੇ ਨੇ ਕਰਜ਼ੇ ਦੇ ਹੇਠਾਂ ਨੇ ਉਹਨਾਂ ਲਈ ਪ੍ਰਾਲੀ ਨੂੰ ਸਾਂਭਣਾ ਉਹਨਾਂ ਦੇ ਲਈ ਫਾਲਤੂ ਬੋਝ ਬਣ ਜਾਂਦਾ ਸੋ ਇਸ ਕਰਕੇ ਉਹ ਮਜਬੂਰੀ 'ਚ ਕਿਤਨਾ ਕਿਤੇ ਸਾੜਦੇ ਨੇ ਇਹ ਤਾਂ ਸਰਕਾਰਾਂ ਮੰਨਦੀਆਂ ਨੇ ਕਿ ਕਿਸਾਨ ਮਜਬੂਰੀ 'ਚ ਸਾੜਦਾ ਸੋ ਹੱਲ ਸਰਕਾਰਾਂ ਨੂੰ ਕੱਢਣ ਦੀ ਲੋੜ ਸੋ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਤੋਂ ਇਲਾਵਾ ਜੇਕਰ ਕਿਸੇ ਹੋਰ ਖਾਸ ਖਬਰ ਦੇ ਉੱਪਰ ਤੁਸੀਂ ਟਿੱਪਣੀ ਕਰਨਾ ਚਾਹੁੰਦੇ ਹੋ ਐਨਾਲਿਸਿਸ ਕਰਨਾ ਚਾਹੁੰਦੇ ਹੋ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਉਹ ਖਾਸ ਖਬਰ ਵੀ ਤੁਸੀਂ ਜਾਂਦੇ ਜਾਂਦੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ ਹਰਜੋਜੀ ਇੱਕ ਹੋਰ ਬੜੀ ਦਿਲਚਸਪ ਖਬਰ ਹੈ ਬੀਬੀ ਕੰਗਣਾ ਰਣੌਤ ਬਾਰੇ ਤਾਂ ਸਾਰੇ ਪੰਜਾਬੀ ਜਾਣਦੇ ਨੇ ਹਾਲਾਂਕਿ ਦੇਸ਼ ਚ ਵੱਡੀ ਗਿਣਤੀ ਲੋਕ ਵੀ ਉਹਨਾਂ ਨੂੰ ਜਾਣਦੇ ਨੇ ਪੰਜਾਬੀ ਵੀ ਵੱਡੀ ਗਿਣਤੀ ਚ ਉਹਨਾਂ ਨੂੰ ਜਾਣਦੇ ਨੇ ਬੀਬੀ ਕੰਗਣਾ ਰਣੌਤ ਹਿਮਾਚਲ ਪ੍ਰਦੇਸ਼ ਗਏ ਹੋਏ ਨੇ ਔਰ ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਬੀਬੀ ਕੰਗਣਾ ਰਣੌਤ ਨੇ ਇੱਕ ਪੱਤਰਕਾਰ ਦੇ ਨਾਲ ਇੰਟਰਵਿਊ ਦੇ ਵਿੱਚ ਇਹ ਗੱਲ ਮੰਨ ਲਈ ਹੈ ਕਿ ਉਹ ਭਵਿੱਖ ਚ ਰਾਜਨੀਤੀ ਚ ਆ ਸਕਦੇ ਨੇ ਮੈਂ ਤੁਹਾਨੂੰ ਦੱਸ ਦਵਾਂ 2014 ਤੋਂ ਪਹਿਲਾਂ ਬੀਬੀ ਕੰਗਨਰ ਨੌਥ ਦਾ ਜਿਹੜਾ ਪਰਿਵਾਰ ਸੀ ਉਹ ਕਾਂਗਰਸ ਨਾਲ ਜੁੜਿਆ ਰਿਹਾ ਉਹਨਾਂ ਦੇ ਦਾਦੇ ਪਰਦਾਦੇ ਕਾਂਗਰਸ ਦੇ ਨਾਲ ਜੁੜੇ ਰਹੇ ਨੇ ਜਿਸ ਤਰ੍ਹਾਂ ਦੀਆਂ ਜਾਣਕਾਰੀਆਂ ਨੇ ਔਰ ਨਰਿੰਦਰ ਮੋਦੀ ਜਦੋਂ ਦੇ ਪ੍ਰਧਾਨ ਮੰਤਰੀ ਬਣੇ ਨੇ ਉਸ ਵੇਲੇ ਦਾ ਉਹਨਾਂ ਦਾ ਪਰਿਵਾਰ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਹਾਲਾਂਕਿ ਬੀਬੀ ਕੰਗਨਰ ਨੌਥ ਨੇ ਕੀ ਹੈ ਹਿਮਾਚਲ 'ਚ ਸਾਨੂੰ ਪਤਾ ਹੈ ਚੋਣਾਂ ਦਾ ਅਮਲ ਚੱਲ ਰਿਹਾ ਹੈ ಗ್ರಾಮ ਪੰਚਾਇਤਾਂ ਦੀਆਂ ਚੋਣਾਂ ਦਾ ਅਮਲ ਵੀ ਹੈ ਸੋ ਉਹ ਹਿਮਾਚਲ ਪ੍ਰਦੇਸ਼ ਗਏ ਸੀ ਬੀਬੀ ਕੰਗਨਰ ਨੌਥ ਉੱਥੇ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਜੇ ਲੋਕ ਚਾਉਣਗੇ ਤੇ ਉਹ ਚੋਣਾਂ ਦੇ ਵਿੱਚ ਵੀ ਉਤਰਨਗੇ ਤੇ ਸੇਵਾ ਕਰਨਗੇ ਸੋ ਇਹ ਆਮ ਤੌਰ ਤੇ ਹਰ ਜਿਹੜਾ ਵਿਅਕਤੀ ਜਿਹਨੇ ਚੋਣ ਲੜਨਾ ਹੁੰਦਾ ਉਹ ਆਪਣੀ رائے ਕਦੀ ਨਹੀਂ ਸਿੱਧੇ ਤੌਰ ਤੇ ਰੱਖਦਾ ਉਹ ਇਹੀ ਕਹਿੰਦਾ ਕਿ ਅਗਰ ਲੋਕ ਕਹਿਣਗੇ ਉਂਜ ਲੋਕ ਘਾਟ ਹੀ ਕਿਸੇ ਨੂੰ ਕਹਿੰਦੇ ਹੁੰਦੇ ਚੋਣ ਲੜਨ ਲਈ ਜਿਹਨੇ ਚੋਣ ਲੜਨੀ ਹੁੰਦੀ ਹੈ ਉਹਨੂੰ ਆਪ ਹੀ ਲੋਕਾਂ ਨੂੰ ਜਾ ਕੇ ਦੱਸਣਾ ਪੈਂਦਾ ਵੀ ਭਾਈ ਮੈਂ ਚੋਣ ਲੜਨੀ ਹੈ ਮੇਰੀ ਮਦਦ ਕਰੋ ਫਿਰ ਵੀ ਉਹਨਾਂ ਨੇ ਕਿਹਾ ਕਿ ਅਗਰ ਲੋਕ ਚੋਣਗੇ ਜਨਤਾ ਚਾਹੇਗੀ ਔਰ ਇਸ਼ਾਰੇ-ਇਸ਼ਾਰੇ ਚ ਉਹਨਾਂ ਨੇ ਜ਼ਿਕਰ ਕੀਤਾ ਹੈ ਅਗਰ ਬੀਜੇਪੀ ਉਹਨਾਂ ਨੂੰ ਚੋਣ ਲੜਾਣਾ ਚਾਵੇ ਤੇ ਉਹ ਸੋਚ ਸਕਦੇ ਨੇ ਸੋ ਮੈਨੂੰ ਇਹ ਲੱਗਦਾ ਹੈ ਹਰਜੋਤ ਜੀ ਕਿ ਹੁਣ ਤਾਂ ਵਿਧਾਨ ਸਭਾ ਦੀਆਂ ਚੋਣਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਚੱਲ ਰਹੀਆਂ ਨੇ ਮੈਨੂੰ ਲੱਗਦਾ ਹੈ ਬੀਬੀ ਕੰਗਣਾ ਰਣੌਤ ਕਿਤੇ ਨਾ ਕਿਤੇ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਹਿਮਾਚਲ ਪ੍ਰਦੇਸ਼ ਚੋਂ ਕਿਤੋਂ ਲੜ ਸਕਦੇ ਨੇ ਚਾਰ ਸੀਟਾਂ ਨੇ ਪਾਰਲੀਮੈਂਟ ਦੀਆਂ ਹਿਮਾਚਲ ਪ੍ਰਦੇਸ਼ ਦੇ ਵਿੱਚ ਕਦੇ ਉੱਥੇ ਭਾਜਪਾ ਜਿੱਤਦੀ ਹੈ ਕਦੇ ਕਾਂਗਰਸ ਜਿੱਤਦੀ ਹੈ ਕਦੇ ਬਰਾਬਰ ਦੀਆਂ ਸੀਟਾਂ ਆਉਂਦੀਆਂ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਅਗਰ ਭਾਰਤੀ ਜਨਤਾ ਪਾਰਟੀ ਦੇ ਨਾਲ ਬੀਬੀ ਕੰਗਣਾ ਰਣੌਤ ਦਾ ਰਾਜਨੀਤਿਕ ਜਿਹੜਾ ਗਠਜੋੜਨ ਹੈ ਉਹ ਚੰਗਾ ਚੱਲ ਗਿਆ ਤੇ ਬੀਬੀ ਕੰਗਣਾ ਰਣੌਤ 2024 ਦੇ ਵਿੱਚ ਚੋਣ ਲੜ ਸਕਦੇ ਨੇ ਉਂਝ ਭਾਰਤੀ ਜਨਤਾ ਪਾਰਟੀ ਦਾ ਇਤਿਹਾਸ ਰਿਹਾ ਹੈ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦਾ ਵੀ ਇਤਿਹਾਸ ਰਿਹਾ ਫਿਲਮੀ ਸਿਤਾਰਿਆਂ ਨੂੰ ਖਿਡਾਰੀਆਂ ਨੂੰ ਸੈਲੀਬ੍ਰਿਟੀਜ਼ ਨੂੰ ਹਮੇਸ਼ਾ ਪੋਲਿਟਿਕਲ ਪਾਰਟੀਆਂ ਚੋਣ ਮੈਦਾਨ ਚ ਉਤਾਰ ਦਿਆ ਨੇ ਉਹ ਬੀਬੀ ਕੰਗੜਾ ਰਣੋਤ ਇਹ ਵੀ ਪਤਾ ਹੈ ਸਾਨੂੰ ਸਮਾਜਿਕ ਮੁੱਦਿਆਂ ਤੇ ਟਿੱਪਣੀ ਕਰਦੇ ਰਹਿੰਦੇ ਨੇ ਫਿਲਮੀ ਅਦਾਕਾਰਾਂ ਨੇ ਕਾਫੀ ਪ੍ਰਸਿੱਧੀ ਖੱਟੀ ਹੈ ਟਵਿੱਟਰ ਤੇ ਬੜੇ ਐਕਟਿਵ ਰਹਿੰਦੇ ਨੇ ਸਾਨੂੰ ਯਾਦ ਹੈ ਕਿਸਾਨ ਅੰਦੋਲਨ ਦੌਰਾਨ ਇੱਕ ਉਹਨਾਂ ਨੇ ਰੀਟਵੀਟ ਕੀਤਾ ਸੀ ਜਿਹਦੇ ਚ ਸਾਡੀਆਂ ਸਾਡੀ ਇੱਕ ਬਜ਼ੁਰਗ ਮਾਤਾ ਬਜ਼ੁਰਗ ਬੀਬੀ ਧਰਨੇ 'ਚ ਗਈ ਹੋਈ ਸੀ ਉਸ ਰੀਟਵੀਟ ਤੋਂ ਬਾਅਦ ਉਹਨਾਂ ਤੇ ਮਾਨਹਾਨੀ ਦੇ ਲਈ ਕੇਸ ਦੀ ਸ਼ਿਕਾਇਤ ਵੀ ਅਦਾਲਤ ਦੇ ਵਿੱਚ ਗਈ ਸੀ ਸੋ ਬੀਬੀ ਕੰਗਣਾ ਰਣੌਤ ਕਈ ਮਾਮਲਿਆਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਵੀ ਰਹੇ ਨੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੇ ਘਰ ਦਾ ਜਿਹੜਾ ਕਿਹਾ ਜਾਂਦਾ ਹੈ ਕੁਝ ਵਾਧੂ ਵਧਿਆ ਹੋਇਆ ਨਿਰਮਾਣ ਸੀ ਉਹਨੂੰ ਵੀ ਉੱਥੋਂ ਦੀ ਮਿਊਨਿਸਪਲ ਕਾਰਪੋਰੇਸ਼ਨ ਨੇ ਟਾਇਆ ਸੀ ਉਦੋਂ ਵੀ ਖੂਬ ਸੁਰੱਖਿਆ ਦੇ ਵਿੱਚ ਰਹੀ ਬੀਬੀ ਕੰਗਣਾ ਰਣੌਤ ਔਰ ਸੁਰੱਖਿਆ ਵੀ ਕੇਂਦਰ ਸਰਕਾਰ ਵੱਲੋਂ ਬੀਬੀ ਕੰਗੜਾ ਰਣੋਤ ਨੂੰ ਉਦੋਂ ਮਹੱਈਆ ਕਰਾਈ ਗਈ ਸੀ ਅੱਜ ਸੁਰੱਖਿਆ ਦਾ ਸਟੇਟਸ ਮੇਰੀ ਜਾਣਕਾਰੀ 'ਚ ਨਹੀਂ ਹੈ ਕਿ ਅੱਜ ਉਹਨਾਂ ਨੂੰ ਸੁਰੱਖਿਆ ਕਿੰਨੀ ਕੁ ਮਿਲੀ ਹੈ ਪਰ ਕਿਉਂਕਿ ਭਾਜੀਪੀ ਦਾ ਇਤਿਹਾਸ ਰਿਆ ਹਰਜੋਤ ਜੀ ਪੰਜਾਬ 'ਚ ਦੇਖ ਲਓ ਸਨੀ ਦਿਓਲ ਨੂੰ ਟਿਕਟ ਦੇਤੀ ਸੀ ਗੁਰਦਾਸਪੁਰੋਂ ਲੋਕਾਂ ਨੇ ਜਿਤਾ ਕੇ ਭੇਜਤਾ ਸਨੀ ਦਿਓਲ ਆਇਆ ਭਾਵੇਂ ਸਨੀ ਦਿਓਲ ਘਟ ਹੈ ਗੁਰਦਾਸਪੁਰ ਪਰ ਲੋਕਾਂ ਨੇ ਜਿਤਾਤਾ ਕਈ ਲੋਕ ਨੇ ਬੀਬੀ ਸਮ੍ਰਿਤੀ ਰਾਣੀ ਇਹ ਵੀ ਬੀਬੀ ਸਮ੍ਰਿਤੀ ਰਾਣੀ ਟੈਲੀਵਿਜ਼ਨ ਦੇ ਪ੍ਰੋਗਰਾਮ 'ਚ ਆਉਂਦੇ ਹੁੰਦੇ ਸੀਗੇ ਉਹ ਵੀ ਹੁਣ ਟੀਵੀ ਚ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਤੋਂ ਉਹ ਵੀ ਸਿਆਸਤਦਾਨ ਬਣ ਗਏ ਹੁਣ ਕੇਂਦਰੀ ਮੰਤਰੀ ਨੇ ਇਸੇ ਤਰ੍ਹਾਂ ਬਹੁਤ ਸਾਰੇ ਹੋਰ ਕਲਾਕਾਰ ਨੇ ਬਹੁਤ ਸਾਰੇ ਗਾਇਕ ਨੇ ਬਹੁਤ ਸਾਰੇ ਖਿਡਾਰੀ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਵੀ ਭਾਰਤੀ ਜਨਤਾ ਪਾਰਟੀ ਨੇ ਟਿਕਟ ਦਿੱਤੀ ਸੀ ਸਭ ਤੋਂ ਪਹਿਲਾਂ ਅਟਲ ਵਿਹਾਰੀ ਵਾਜਪਾਈ ਉਹਨਾਂ ਨੇ ਪਾਕਿਸਤਾਨ ਤੋਂ ਨਵਜੋਤ ਸਿੰਘ ਸਿੱਧੂ ਨੂੰ ਟੈਲੀਫੋਨ ਕਰਕੇ ਇੰਡੀਆ ਵਾਪਸ ਬੁਲਾਇਆ ਸੀ ਤੇ ਅਟਲ ਵਿਹਾਰੀ ਵਾਜਪਾਈ ਦੇ ਕਹਿਣ ਦੇ ਉੱਪਰ ਹੀ ਨਵਜੋਤ ਸਿੰਘ ਸਿੱਧੂ ਚੋਣ ਲੜੇ ਸੀ ਉਹਨਾਂ ਦਾ ਆਪਣਾ ਪਰਿਵਾਰ ਪਹਿਲਾਂ ਕਾਂਗਰਸੀ ਰਿਹਾ ਸਾਨੂੰ ਪਤਾ ਹੈ ਉਹਨਾਂ ਦੇ ਪਿਤਾ ਔਰ ਉਹਨਾਂ ਦੇ ਮਾਤਾ ਜੀ ਪੂਰੇ ਸਰਗਰਮ ਰਹੇ ਨੇ ਕਾਂਗਰਸ ਚ ਸੋ ਨਵਜੋਤ ਸਿੰਘ ਸਿੱਧੂ ਨੂੰ ਅਟਲ ਬਿਹਾਰੀ ਵਾਜਪਾਈ ਨੇ ਭਾਜਪਾ ਨੇ ਚੋਣ ਚੋਣ ਲੜਾਈ ਚਾਰ ਵਾਰ ਐਮਪੀ ਰਹੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਰਾਜ ਸਭਾ ਦੇ ਮੈਂਬਰ ਤਿੰਨ ਵਾਰ ਲੋਕ ਸਭਾ ਦੇ ਸੋ ਹੋਰ ਵੀ ਬਹੁਤ ਸਾਰੇ ਖਿਡਾਰੀ ਨੇ ਗਾਤਮ ਗੰਭੀਰ ਨੇ ਦਿੱਲੀ ਚ ਦੇਖੋ ਉਹ ਵੀ ਔਰ ਸਾਡੇ ਪੰਜਾਬ ਵਾਲੇ ਹੰਸ ਰਾਜ ਹੰਸ ਉਹਨਾਂ ਨੂੰ ਵੀ ਦਿੱਲੀ ਦੀ ਇੱਕ ਸੀਟ ਤੋਂ ਚੋਣ ਲੜਾਈ ਹਾਲਾਂਕਿ ਅਕਾਲੀ ਦਲ ਵੱਲੋਂ ਜਦੋਂ ਚੋਣ ਲੜੇ ਸੀ ਹੰਸ ਰਾਜ ਹੰਸ ਉਦੋਂ ਮੈਂ ਗਿਆ ਸੀ ਉਹਨਾਂ ਦੇ ਪ੍ਰਚਾਰ 'ਚ ਇੰਟਰਵਿਊ ਕੀਤੀ ਇੱਕ ਵਾਰ ਮੈਂ ਉਹਨਾਂ ਦੀ ਬਹੁਤ ਸਾਲ ਪੁਰਾਣੀ ਗੱਲ ਹੈ ਉਦੋਂ ਹਾਰ ਗਏ ਸੀ ਹੰਸ ਰਾਜ ਹੰਸ ਪਰ ਦਿੱਲੀ 'ਚ ਭਾਜਪੀ ਨੇ ਉਹਨਾਂ ਨੂੰ ਫੇਰ ਟਿਕਟ ਦਿੱਤੀ ਤੇ ਉਹ ਵੀ ਜਿੱਤੇ ਸੋ ਬਹੁਤ ਸਾਰੇ ਬਹੁਤ ਸਾਰੇ ਹੋਰ ਨਾਮ ਨੇ ਖਿਡਾਰੀਆਂ ਦੇ ਕਲਾਕਾਰਾਂ ਦੇ ਜਿਨ੍ਹਾਂ ਨੇ ਰਾਜਨੀਤੀ 'ਚ ਆਪਣਾ ਹੁਨਰ ਅਜ਼ਮਾਇਆ ਸੋ ਬੀਬੀ ਕੰਗਨਾਰ ਨੌਤ ਕੋਈ ਵੱਡੀ ਗੱਲ ਨਹੀਂ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਹਿਮਾਚਲ ਪ੍ਰਦੇਸ਼ 'ਚ ਚੋਣ ਲੜਨ ਨਾਲੇ ਪੁੱਨ ਨਾਲੇ ਫਲੀਆਂ ਬੀਜੇਪੀ ਦੇ ਲਈ ਵੀ ਨਾਲੇ ਤਾਂ ਇੱਕ ਮਜ਼ਬੂਤ ਕੈਂਡੀਡੇਟ ਨੂੰ ਹਿਮਾਚਲ ਪ੍ਰਦੇਸ਼ ਚ ਮੈਦਾਨ ਚ ਉਤਾਰਨਗੇ ਤੇ ਨਾਲੇ ਇੱਕ ਮਹਿਲਾ ਹੋਣ ਦੇ ਨਾਤੇ ਬੀਜੇਪੀ ਇਹ ਗੱਲ ਪ੍ਰਚਾਰੇਗੀ ਕਿ ਅਸੀਂ ਵੱਧ ਤੋਂ ਵੱਧ ਮਹਿਲਾਵਾਂ ਨੂੰ ਟਿਕਟ ਦੇ ਰਹੇ ਹਾਂ ਤੇ ਨਾਲੇ ਬੀਜੇਪੀ ਇੱਕ ਸਟਾਰ ਕੰਪੇਨਰ ਦੇ ਤੌਰ ਤੇ ਸਟਾਰ ਪ੍ਰਚਾਰਕ ਦੇ ਤੌਰ ਤੇ ਕੰਗਨਾ ਰਣੋਜੀ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਲਏਗੀ ਔਰ ਕੰਗਨਾ ਰਣੋਜੀ ਪੂਰੇ ਮੁਲਕ ਚ ਪ੍ਰਚਾਰ ਕਰਨਗੇ ਬੀਜੇਪੀ ਦਾ हो ਸਕਦਾ ਕਿਉਂਕਿ ਸਨੀ ਦੇਵਲ ਤੋਂ ਵੀ ਬਹੁਤ ਪ੍ਰਚਾਰ ਕਰਾਇਆ ਸੀ ਸਨੀ ਦੇਵਲ ਨੂੰ ਬੀਜੇਪੀ ਵਾਲੇ ਬਠਿੰਡੇ ਲੈ ਕੇ ਗਏ ਰਾਹੁਲ ਗਾਂਧੀ ਦੇ ਸਾਹਮਣੇ ਲੈ ਕੇ ਗਏ ਰਾਹੁਲ ਗਾਂਧੀ ਜਾਂ رائے ਬਰੇਲੀ ਬਾਕੀ ਇਹ ਮੀਡੀਆ ਰਿਪੋਰਟ ਦੇ ਹਵਾਲੇ ਦੇ ਨਾਲ ਸਾਰੀ ਗੱਲ ਆਈ ਹੈ ਅ ਅਗਰ ਉਹ ਕੋਈ ਪ੍ਰੈਸ ਕਾਨਫਰੰਸ ਕਰਦੇ ਨੇ ਆਉਂਦੇ ਦਿਨਾਂ ਚ ਜਾਂ ਬਿਆਨ ਕਰਦੇ ਨੇ ਜਾਂ ਟਵਿੱਟਰ ਤੇ ਅਨਾਉਂਸ ਕਰਦੇ ਨੇ ਤੇ ਫਿਰ ਸਿਆਸਤ ਖੂਬ ਪਖੇਗੀ ਖਰਜੋਜੀ ਮੈਨੂੰ ਲੱਗਦਾ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ ਜੀ